ਸਾਰਿਆਂ ਮੇਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸਲਾਮ ਜੀ, ਰਾਮ ਰਾਮ ਜੀ, ਜੈ ਯਸ਼ੂ ਦੀ। ਸਰ, ਮੈਂ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਹਾਂ। ਮੇਰਾ ਮੋਬਾਈਲ ਨੰਬਰ 9 8 7 1 6 8 9 8 7 8 1 6 4 8 9 5 9 8 7 8 1 6 4 8 9 5। ਸਰ, ਮੈਂ ਇੱਕ ਵੀਡੀਓ ਦੇਖ ਰਿਹਾ ਸਾਂ ਜਿਹਦੇ ਵਿੱਚ ਇੱਕ ਲੇਡੀਜ਼ ਨੇ ਜਿਨ੍ਹਾਂ ਨੂੰ ਲੱਤ ਨੂੰ ਕੈਂਸਰ ਹੋ ਗਈ ਆ, ਅਤੇ ਉਹਨਾਂ ਦਾ ਕਿ ਮਤਲਬ ਉਹਨਾਂ ਕੋਲ ਜੋ ਥੋੜ੍ਹੇ ਬਹੁਤੇ ਪੈਸੇ ਸੀ ਉਹ ਸਰ ਉਹ ਲਾ ਬੈਠੇ ਨੇ। ਹੁਣ ਡਾਕਟਰਾਂ ਨੇ ਆਖਿਆ ਕਿ 9-10 ਲੱਖ ਰੁਪਇਆ ਲੱਗੇਗਾ। ਠੀਕ ਹੈ ਸਰ, ਮੇਰੀ ਇਹੋ ਹੀ ਰਿਕੁਐਸਟ ਆ ਕਿ ਜਿਹੜੇ ਮੇਰੇ ਵੀਰ ਭਰਾ ਨੂੰ ਜਾਂ ਕਿਸੇ ਨੂੰ ਵੀ ਪੈਸਿਆਂ ਦੀ ਲੋੜ ਆ ਜਾਂ ਕੁਛ ਵੀ ਆ ਇਸ ਤਰ੍ਹਾਂ ਦੇ, ਮਤਲਬ ਕੋਈ ਬਿਮਾਰੀ ਆ ਜਾਂ ਕੋਈ ਤੰਗੀ ਆ, ਤਾਂ ਪਲੀਜ਼ ਮੈਨੂੰ ਆਹ ਨੰਬਰ 'ਤੇ ਕੋਂਟੈਕਟ ਕਰਿਓ। ਮੇਰੇ ਕੋਲ ਵੱਧ ਤੋਂ ਵੱਧ ਜਿੰਨਾ ਹੋ ਸਕੇਗਾ ਸਰ ਮੈਂ ਡੋਨੇਟ ਕਰੂੰਗਾ, ਚੈਰਿਟੀ ਕਰੂੰਗਾ। ਠੀਕ ਹੈ ਜੀ, 9 8 7 8 1 6 4 8 9 5। ਸਾਰੇ ਮੇਰੇ ਵੀਰ ਭਰਾਵਾਂ ਨੂੰ ਹੱਥ ਬੰਨ੍ਹ ਕੇ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਵੀਰ ਨੂੰ, ਭੈਣ ਨੂੰ, ਧੀ ਨੂੰ ਜਾਂ ਬਜ਼ੁਰਗ ਨੂੰ ਪੈਸਿਆਂ ਕੋਲੋਂ ਜੋ ਬਿਮਾਰ ਬੈਠੇ ਨੇ ਉਹ, ਅਤੇ ਮੈਨੂੰ ਕਾਲ ਕਰਨ। ਮੈਂ ਵੱਧ ਤੋਂ ਵੱਧ ਜੋ ਹੋ ਸਕੇਗਾ ਮੈਂ ਉਹਨਾਂ ਦੀ ਹੈਲਪ ਕਰੂੰਗਾ, ਪੂਰੀ ਕੋਸ਼ਿਸ਼ ਕਰੂੰਗਾ ਕਿ ਮੇਰੇ ਜਿਹੜੇ ਦੂਸਰੇ ਫਰੈਂਡ ਨੇ ਉਹ ਵੀ ਉਹਨਾਂ ਦਾ ਸਾਥ ਦੇਣ ਅਤੇ ਉਹ ਵੀ ਉਹ ਕਰਵਾਉਣ। ਕਿਉਂਕਿ ਵੀਰ ਜੀ, ਗਰੀਬ ਦੀ ਗੋਲਕ, ਗਰੀਬ ਦਾ ਜਿਹੜਾ ਮੂੰਹ ਹੈ ਨਾ ਉਹ ਗੁਰੂ ਦੀ ਗੋਲਕ ਆ। ਆਪਾਂ ਬੜੇ ਥਾਂ ਲੰਗਰ ਵਗੈਰਾ ਲਾਉਂਦੇ ਹਾਂ, ਉਹਨਾਂ ਨੂੰ ਖਵਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਰੱਜੇ ਅੱਗੇ ਹੁੰਦੇ ਆ। ਠੀਕ ਹੈ ਸਰ, ਖਵਾਉਣ ਦਾ ਉਹਨੂੰ ਫਾਇਦਾ ਆ ਕਿ ਜਿਹੜਾ ਰੋਟੀ ਦੀ ਕੀਮਤ ਨੂੰ ਪਹਿਚਾਣਦਾ ਆ, ਜਿਹੜਾ, ਛੱਡੋ ਯਾਰ ਕੀ ਦੱਸਾਂ ਤੁਹਾਨੂੰ, ਤੁਸੀਂ ਆਖਣਾ ਵਾਰ ਵਾਰ ਲੈਕਚਰ ਹੀ ਦੇਣ ਦਿਆ ਆ। ਅਤੇ ਜਿਹੜੇ ਮੇਰੇ ਵੀਰ ਭਰਾਵਾਂ ਨੂੰ, ਭੈਣ ਨੂੰ ਲੋੜ ਆ ਉਹ ਇਹ ਨੰਬਰ 'ਤੇ ਕੋਂਟੈਕਟ ਕਰਨ। ਮੈਂ ਤੁਹਾਡਾ ਬਹੁਤ ਧੰਨਵਾਦ ਕਰੂੰਗਾ ਕਿ ਮੇਰੇ ਵਰਗੇ ਪਾਪੀ ਇਨਸਾਨ ਨੂੰ ਵੀ ਤੁਸੀਂ ਮੌਕਾ ਦਿੱਤਾ। ਓਕੇ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।